ਜਦੋਂ ਕਿਸੇ ਸਿੱਖ ਤੇ ਬੇਇਨਸਾਫੀ ਹੁੰਦੀ ਆ ਮਨਜਿੰਦਰ ਸਿੰਘ ਸਿਰਸਾ ਬੜੇ ਫਕਰ ਨਾਲ ਕਹਿੰਦਾ ਉਹਦੇ ਨਾਲ ਖੜਾ ਹੁੰਦਾ ਸੀ ਖੜਾ ਹੁੰਦਾ ਹੈ ਤੇ ਖੜਾ ਹੁੰਦਾ ਰਹੂੰਗਾ ਔਰ ਇਹ ਜੋ ਹਿੰਸਾ ਹੋਈ ਤੁਸੀਂ ਖੁਦ ਕਰਾਈ ਤੁਹਾਨੂੰ ਪਤਾ ਸੀ ਤਿੰਨ ਦਿਨ ਪਹਿਲਾਂ ਤੋਂ ਕਿਉਂਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਕਾਂਗਰਸ ਨੇ 1980 ਦੇ ਦਸ਼ਕ 'ਚ ਕੀਤਾ ਇਹਦੀ ਕੋਗ ਕਰੋ ਨਾ ਹੋਰ ਕਰੋ ਜਿੰਨੀ ਕਰ ਸਕਦੇ ਜੇ ਕਰੋ ਔਰ ਜਿੰਨੀ ਜ਼ੋਰ ਜੀ ਲਗਾ ਸਕਦੇ ਲਗਾਓ ਔਰ ਤੁਹਾਨੂੰ ਆਪਣੀ ਨਾਕਾਮੀ ਛੁਪਾਉਣ ਵਾਸਤੇ ਮਨਜਿੰਦਰ ਸਿੰਘ ਸਿਰਸਾ ਮਿਲਿਆ ਵੀ ਮੇਰੀ ਖੁਸ਼ਕਿਸਮਤੀ ਹੈ ਕਿ ਆਪਣੀ ਨਾਕਾਮੀ ਵਾਸਤੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਇਸਤੇਮਾਲ ਕਰ ਰਹੇ ਹੋ ਪਟਿਆਲਾ 'ਚ ਹੋਈ ਹਿੰਸਾ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੁਣ ਪਟਿਆਲਾ ਘਟਨਾ 'ਚ ਗ੍ਰਿਫਤਾਰ ਕੀਤੇ ਮਾਸਟਰ ਮਾਈਂਡ ਬਰਜਿੰਦਰ ਪਰਵਾਨਾ ਦੇ ਤਾਰ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਦੇ ਨਾਲ ਜੋੜੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਆਪਣਾ ਪ੍ਰਤੀਕਰਮ ਦਿੱਤਾ ਆਓ ਸੁਣਦੇ ਹਾਂ ਮਨਜਿੰਦਰ ਸਿਰਸਾ ਦਾ ਕੀ ਸਪਸ਼ਟੀਕਰਨ ਹੈ ਆਮ ਆਦਮੀ ਪਾਰਟੀ ਸਵੇਰ ਦਾ ਇੱਕ ਮੈਸੇਜ ਪਾ ਕੇ ਸਾਰੇ ਮੀਡੀਆ 'ਤੇ ਦਬਾਅ ਬਣਾ ਰਹੀ ਸੀ ਇਹ ਖਬਰ ਚਲਾਓ ਕਿ ਮਨਜਿੰਦਰ ਸਿੰਘ ਸਿਰਸੇ ਦਾ ਬਰਜਿੰਦਰ ਪਰਵਾਨੇ ਨਾਲ ਸੰਬੰਧ ਸਾਜਿਸ਼ ਹੋਈ ਬੇਨਕਾਬ ਔਰ ਟਵੀਟ ਦਿਖਾ ਰਹੇ ਨੇ ਜਿਹੜਾ 2020 ਦਾ ਥੱਲੇ ਉਹ ਕੱਟ ਕੇ ਡੇਟ ਕੱਟ ਕੇ ਦਿਖਾ ਰਹੇ ਆ ਅੱਛਾ ਹੁੰਦਾ ਭਗਵੰਤ ਮਾਨ ਜੀ ਜੇਕਰ ਤੁਹਾਡੀ ਪਾਰਟੀ ਦੇ ਲੋਕ ਉਹ ਟਵੀਟ ਐਜ ਇਟ ਇਜ਼ ਦੱਸਦੇ ਕਿ ਦੇਖੋ ਸਿੱਖਾਂ ਦੇ ਪਿੱਛੇ ਲੜਨ ਵਾਲਾ ਆਦਮੀ ਆ ਜਦੋਂ ਕਿਸੇ ਸਿੱਖ 'ਤੇ ਬੇਇਨਸਾਫੀ ਹੁੰਦੀ ਆ ਮਨਜਿੰਦਰ ਸਿੰਘ ਸਿਰਸਾ ਬੜੇ ਫਕਰ ਨਾਲ ਕਹਿੰਦਾ ਉਹਦੇ ਨਾਲ ਖੜਾ ਹੁੰਦਾ ਸੀ ਖੜਾ ਹੁੰਦਾ ਹੈ ਅਤੇ ਖੜਾ ਹੁੰਦਾ ਰਹੂੰਗਾ ਮੈਂ ਤੁਹਾਡੇ ਵਰਗੂ ਪੈਰ ਨਹੀਂ ਛੱਡਦਾ ਪੂਰੇ ਦੇਸ਼ ਔਰ ਦੁਨੀਆ ਦੇ ਸਿੱਖਾਂ ਨੂੰ ਮੈਂ ਜਾਣਦਾ ਅਤੇ ਸਿੱਖ ਮੈਨੂੰ ਜਾਣਦੇ ਨੇ ਔਰ ਇਹ ਜੋ ਹਿੰਸਾ ਹੋਈ ਤੁਸੀਂ ਖੁਦ ਕਰਾਈ ਤੁਹਾਨੂੰ ਪਤਾ ਸੀ ਤਿੰਨ ਦਿਨ ਪਹਿਲਾਂ ਤੋਂ ਕਿਉਂਕਿ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਪ੍ਰਮੋਟ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਕਾਂਗਰਸ ਨੇ 1980 ਦੇ ਦਸ਼ਕ 'ਚ ਕੀਤਾ ਸੀ ਜੀ ਆਇਆਂ ਨੂੰ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਦੀ ਕੋਗ ਕਰੋ ਨਾ ਹੋਰ ਕਰੋ ਜਿੰਨੀ ਕਰ ਸਕਦੇ ਜੇ ਕਰੋ ਔਰ ਜਿੰਨੀ ਜ਼ੋਰ ਜੀ ਲਗਾ ਸਕਦੇ ਲਗਾਓ ਔਰ ਤੁਹਾਨੂੰ ਆਪਣੀ ਨਾਕਾਮੀ ਛੁਪਾਉਣ ਵਾਸਤੇ ਮਨਜਿੰਦਰ ਸਿੰਘ ਸਿਰਸਾ ਮਿਲਿਆ ਵੀ ਮੇਰੀ ਖੁਸ਼ਕਿਸਮਤੀ ਆ ਕਿ ਆਪਣੀ ਨਾਕਾਮੀ ਵਾਸਤੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਇਸਤੇਮਾਲ ਕਰ ਰਹੇ ਜੀ ਕਰੋ ਪਰ ਮੈਂ ਫਿਰ ਕਹਿ ਦੇਵਾਂ ਸਿੱਖਾਂ ਨਾਲ ਖੜਾ ਸੀ ਖੜਾ ਹੈ ਅਤੇ ਖੜਾ ਰਹੂੰਗਾ ਜਦੋਂ ਕਿਸੇ ਨਾਲ ਬੇਇਨਸਾਫੀ ਕਰੋਗੇ ਇਸੇ ਤਰ੍ਹਾਂ ਆਵਾਜ਼ ਉਠਾਊਂਗਾ ਔਰ ਜਦੋਂ ਤੱਕ ਬਰਜਿੰਦਰ ਸਿੰਘ ਪਰਵਾਨਾ ਦੀ ਗੱਲ ਆ 2020 ਦੀ ਵੀਡੀਓ ਹੈ 2020 ਦਾ ਟਵੀਟ ਆ ਅੱਛਾ ਹੋਵੇ ਜੇ ਤੁਸੀਂ ਲੋਕਾਂ ਨੂੰ ਦੱਸੋ ਕਿ ਸਿਰਸਾ 2020 'ਚ ਉਹਦੇ ਨਾਲ ਖੜਾ ਸੀਗਾ ਔਰ ਜਿਹੜਾ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਜੇ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਮੈਂ ਪਰਵਾਹ ਨਹੀਂ ਕਰਦਾ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਬਰਜਿੰਦਰ ਪਰਵਾਨਾ ਕਿਹੜੇ ਕਿਹੜੇ ਆਗੂਆਂ ਦੇ ਸੰਪਰਕ ਸੀ ਪਰ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਪਟਿਆਲਾ ਪੁਲਿਸ ਵੀ ਆ ਕਈ ਟੀਮਾਂ 24 ਘੰਟੇ ਕੰਮ ਕਰ ਰਹੀਆਂ ਨੇ ਤਾਂ ਜੋ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ D5 ਚੈਨਲ ਪੰਜਾਬੀ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ